हैलो सत श्री अकाल जी, मैं हरपाल कौर, नूर किचन चैनल से तुहाडा सारिआं दा स्वागत है। असीं अज बनावांगे खट्टे वाले लड्डू, अमृतसरी खट्टे वाले लड्डू, जिहदे लई असीं सब तों पहलां लई है इमली लई 100 ग्राम। उसनूं असीं जिहड़ा अद्धा घंटा पहलां डिओ पो के रख लिया सी, ते हुण असीं विचों इमली दे जिहड़ा उह गिटका वगैरह कढ के उहदा जिहड़ा पाणी आ उह लै लिया वा। हुण असीं इहदे विच गाजर जिहड़ी लवां पावांगे, जिहड़ी कि लंबे लंबे पीसां विच असीं पतली पतली कट ली है। हुण इस विच प्याज पावांगे, प्याज जिहड़े उह वी असीं लंबे लंबे ते पतले पतले कट ले है। हुण इहदे विच असीं जीरा पाउडर पावांगे, जिहड़ा कि घरे जिहड़ा असीं आप तैयार कीता वा। हुण इहदे विच असीं अद्धा चम्मच जिहड़ा वा नमक दा पावांगे। एक चम्मच जिहड़ा असीं चाट मसाला पावांगे, जिस नाल जिहड़ा साडा लड्डू वाला पानी आ उह चटपटा बनेगा। इहदे विच बहुत सारे मसाले हुंदे ऐड, इस करके चाट मसाला पाउणा जिहड़ा इहदे विच जरूरी है। हुण इहदे विच असीं इक जिहड़ा टमाटर बरीक चॉप कीता वा उह वी पा देवांगे, ते थोड़ा जिहा धनिया जिहड़ा बरीक कट के असीं पाया वा। ते थोड़े जिहे असीं जिहड़े मूली दे पत्ते आ उह ਬਰੀਕ ਬਰੀਕ ਕੱਟ ਕੇ ਅਸੀਂ ਪਾਇਆ। ਇਹਦੇ ਨਾਲ ਜਿਹੜਾ ਵਾ ਲੱਡੂ ਇਮਲੀ ਦੇ ਨਾਲ ਜਿਹੜਾ ਜ਼ਿਆਦਾ ਖੱਟਾ ਹੋ, 1.5 ਚਮਚ ਜਿਹੜਾ ਅਸੀਂ ਚੀਨੀ ਦਾ ਪਾਵਾਂਗੇ। ਇਹਦੇ ਨਾਲ ਜਿਹੜਾ ਖੱਟੇ ਮਿੱਠੇ ਦਾ ਜਿਹੜਾ ਬੈਲੈਂਸ ਬਣਿਆ ਰਹੇਗਾ, ਅਤੇ ਜਿਹੜਾ ਟੇਸਟ ਜਿਹੜਾ ਇਹ ਆਏਗਾ ਪਾਣੀ ਦਾ। ਹੁਣ ਇਸ ਨੂੰ ਅਸੀਂ ਸਾਰਿਆਂ ਨੂੰ ਮਿਕਸ, ਲੱਡੂਆਂ ਦਾ ਜਿਹੜਾ ਪਾਣੀ ਹੁੰਦਾ ਥੋੜ੍ਹਾ ਜਿਹਾ ਕਲਰ ਜਿਹੜਾ ਉਹਦਾ ਰੈੱਡ ਕਲਰ ਦਾ ਹੁੰਦਾ ਵਾ, ਇਸ ਲਈ ਅਸੀਂ ਇਸਨੂੰ ਜਿਸ ਵਿੱਚ ਥੋੜ੍ਹਾ ਜਿਹਾ ਰੈੱਡ ਕਲਰ ਜਿਹੜਾ ਯੂਜ ਕਰਾਂਗੇ। ਦੋ ਚਮਚ ਜਿਹੜਾ ਵਾ ਉਹ ਅਸੀਂ ਰੈੱਡ ਕਲਰ ਜਿਹੜਾ ਪਾਊਡਰ ਇਹਦਾ ਮਿਕਸ ਕਰਕੇ ਪਾਣੀ 'ਚ ਘੋਲ ਕਰ ਦਿੱਤਾ ਇਹਦੇ 'ਚ। ਇਹਦੇ ਨਾਲ ਜਿਹੜਾ ਪਾਣੀ ਆ ਬਹੁਤ ਵਧੀਆ ਕਲਰ ਆਉਂਦਾ ਵਾ ਅਤੇ ਬਹੁਤ ਸੋਹਣਾ ਲੱਗਦਾ ਵਾ। ਹੁਣ ਜਿਹੜਾ ਸਾਡਾ ਲੱਡੂਆਂ ਦਾ ਪਾਣੀ ਹੈ ਇਹ 'ਚ ਅਸੀਂ ਪਾਣੀ ਥੋੜ੍ਹਾ ਹੋਰ ਐਡ ਕਰਾਂਗੇ, 1 ਕੱਪ। ਇੱਕ ਕੱਪ ਅਸੀਂ ਹੋਰ ਪਾਣੀ ਦਾ ਪਾਵਾਂਗੇ। ਲਓ ਜੀ, ਸਾਡਾ ਜਿਹੜਾ ਲੱਡੂਆਂ ਦਾ ਬਹੁਤ ਹੀ ਟੇਸਟੀ ਬਣਦਾ, ਖੱਟਾ ਮਿੱਠਾ ਅਤੇ ਬਣ ਕੇ ਅਤੇ ਰੈਡੀ ਹੈ। ਹੁਣ ਅਸੀਂ ਬਣਾਵਾਂਗੇ ਅੰਮ੍ਰਿਤਸਰੀ ਲੱਡੂ। ਇਹਦੇ ਲਈ ਜਿਹੜੀ ਆ 100 ਗ੍ਰਾਮ ਯਾਨੀ ਕਿ 1 ਕੱਪ ਜਿਹੜਾ, ਅਤੇ 100 ਗ੍ਰਾਮ ਹੀ ਮੂੰਗ ਦਾਲ ਲਈ ਸੀ ਉਹ ਵੀ 1 ਕੱਪ ਹੀ ਹੈ। ਇਸ ਨੂੰ ਮੈਂ 2 ਘੰਟੇ ਪਹਿਲਾਂ ਜਿਹੜਾ ਸੀ ਪਾਣੀ ਵਿੱਚ ਡਿਪ ਕਰਿਆ ਸੀ। ਜੇ ਤੁਸੀਂ ਠੰਡੇ ਪਾਣੀ 'ਚ ਕਰਨਾ ਤਾਂ 2 ਘੰਟੇ 'ਚ ਕਰਨਾ ਤਾਂ 1 ਘੰਟਾ ਜਿਹੜਾ ਇਸ ਨੂੰ ਡਿਪ ਕਰਕੇ ਰੱਖਣਾ ਵਾ। ਹੁਣ ਇਹਨਾਂ ਨੂੰ ਅਸੀਂ ਜਿਹੜਾ ਵਾ ਪਾਣੀ ਨਾਲ ਵਿੱਚੋਂ ਵਿੱਚ ਬਾਹਰ ਕੱਢ ਦਿੱਤਾ ਵਾ, ਗ੍ਰਾਇੰਡ ਕਰਾਂਗੇ। ਜੀ ਸਾਡਾ ਜਿਹੜਾ ਦਾਲਾਂ ਦਾ ਮਿਕਸਰ ਸੀ ਉਹ ਅਸੀਂ ਇਸਨੂੰ ਗ੍ਰਾਇੰਡ ਕਰ ਲਿਆ ਵਾ। ਹੁਣ ਅਸੀਂ ਇਸਨੂੰ ਖੁੱਲ੍ਹੇ ਬਰਤਨ ਦੇ ਵਿੱਚ ਜਿਹੜਾ ਵਾ ਅਸੀਂ ਕੱਢ ਲਾਂਗੇ ਸਾਰਿਆਂ ਨੂੰ, ਖੁੱਲ੍ਹੇ ਭਾਂਡੇ ਵਿੱਚ ਕੱਢ ਲਿਆ। ਹੁਣ ਅਸੀਂ ਇਸਨੂੰ ਜਿਹੜਾ ਵਾ ਲਗਾਤਾਰ ਜਿਹੜਾ ਵਾ ਫੈਂਟਣਾ ਵਾ, ਤੁਸੀਂ ਹੱਥ ਨਾਲ ਵੀ ਇਸਨੂੰ ਫੈਂਟ ਸਕਦੇ ਜੇ, ਅਤੇ ਕਿਸੇ ਚਮਚ ਦੇ ਨਾਲ ਵੀ ਜਿਹੜਾ ਅਸੀਂ। ਹੁਣ ਇਸਨੂੰ ਲਗਾਤਾਰ ਅਸੀਂ 5 ਤੋਂ 7 ਮਿੰਟ ਤੱਕ ਫੈਂਟਣਾ ਵਾ, ਜਦੋਂ ਤੱਕ ਇਹਦੇ ਵਿੱਚ ਹਵਾ ਨਾ ਭਰ ਜਾਵੇ। ਹੁਣ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਉਹ ਫੈਂਟ ਲੈਣਾ ਵਾ। ਜਦੋਂ ਅਸੀਂ 5-7 ਮਿੰਟ ਇਸ ਨੂੰ ਫੈਂਟਾਂਗੇ ਤਾਂ ਅਗਰ ਉਹ ਵੀ ਜਿਹੜਾ ਵਾ ਚੇਂਜ ਹੋਣਾ ਸ਼ੁਰੂ ਹੋ ਜਾਣਾ ਵਾ। ਹੁਣ ਇਸ ਨੂੰ ਅਸੀਂ ਲਗਾਤਾਰ 5 ਤੋਂ 7 ਮਿੰਟ ਜਿਹੜਾ ਫੈਂਟਾਂਗੇ। ਦੇਖੋ, ਸਾਨੂੰ 7 ਮਿੰਟ ਜਿਹੜੇ ਆ ਹੋ ਚੁੱਕੇ ਇਹਨੂੰ ਦਾਲ ਨੂੰ ਜਿਹੜਾ ਹਿਲਾਉਂਦਿਆਂ ਆਇਆ। ਹੁਣ ਦੇਖੋ ਕਿੰਨਾ ਇਹ ਖੁੱਲ੍ਹ ਕੇ ਜਿਹੜਾ ਵਾ ਦਾਲ ਦਾ ਜਿਹੜਾ ਡੋ ਸੀ ਅਤੇ ਇਹਦਾ ਕਲਰ ਵੀ ਜਿਹੜਾ ਵਾ ਉਹ ਚੇਂਜ ਹੋ ਗਿਆ ਜਾਂ ਕ੍ਰੀਮ ਕਲਰ ਦੇ ਵਿੱਚ ਆ ਚੁੱਕੀ ਆ।
हूँ असी इस देख हूँ असी पानी लवेंगे असी दो लैके देखांगे उपर तरदा वा तो समझो कि साडा जिहड़ा वा डो बिल्कुल तैयार देखो पानी दे विच उपर तर रहा वा साडा जिहड़ा वा सिर जिहड़ा बनाया सी बिल्कुल तैयार है हुण असी इस नूं जिहड़ा वा फ्राई करांगे हुण असी इहदे विच अद्धा चम्मच जिहड़ा सी कसूलिया लवांगे उन्हों असी क्रश करके जिहड़ा वा हत्थां नाल असी इस तरह विच पावांगे ते इस नूं चंगी तरह जिहड़ा मिक्स कर लवांगे देखो गर्म हो चुका वा हुण असी इक इक करके विच जिहड़ा लड्डू पावांगे ਤੁਸੀਂ ਆਪਣੇ ਹੱਥ ਨਾਲ ਵੀ ਪਾ ਸਕਦੇ ਜੇ ਅਤੇ ਚਮਚ ਦੇ ਨਾਲ ਵੀ ਜਿਹੜਾ ਪਾ ਸਕਦੇ ਜੇ ਦੇਖੋ ਲੱਡੂ ਜਿਹੜੇ ਸਾਡੇ ਇੱਕ ਤਰ੍ਹਾਂ ਫੁੱਲ ਕੇ ਖੜੇ ਆ ਤੇਲ ਦੇ ਉੱਪਰ ਆ ਚੁੱਕੇ ਆ ਗੈਸ ਦੀ ਫਲੇਮ ਜਿਹੜੀ ਲੋ ਟੂ ਮੀਡੀਅਮ ਹੀ ਰੱਖਾਂਗੇ ਅਸੀਂ ਜਿੰਨੇ ਲੱਡੂ ਵਿੱਚ ਪੈਣਗੇ ਅਸੀਂ ਉਨੇ ਹੀ ਪਾਵਾਂਗੇ ਨਾਲ ਨਾਲ ਅਸੀਂ ਜਿਹੜਾ ਇਹਨਾਂ ਨੂੰ ਹਿਲਾਵਾਂਗੇ ਦੇਖੋ ਜਿਹੜੇ ਲੱਡੂ ਸਾਡੇ ਜਿਹੜੇ ਆ ਆਪਣੇ ਆਪ ਜਿਹੜੇ ਆ ਉੱਪਰ ਜਿਹੜੇ ਆ ਓਇਲ ਦੇ ਤਰ ਰਹੇ ਆ ਦੇਖੋ ਸਾਡੇ ਜਿਹੜੇ ਲੱਡੂਆਂ ਦਾ ਕਲਰ ਆ ਗੋਲਡਨ ਕਲਰ ਹੋ ਚੁੱਕਾ ਵਾ ਹੁਣ ਅਸੀਂ ਇਹਨਾਂ ਨੂੰ ਜਿਹੜਾ ਵਾ ਇੱਕ ਪਲੇਟ ਦੇ ਵਿੱਚ ਟਿਸ਼ੂ ਪੇਪਰ ਦੇ ਉੱਪਰ ਜਿਹੜਾ ਕੱਟ ਲਵਾਂਗੇ ਲੋ ਜੀ ਸਾਡੇ ਲੱਡੂ ਜਿਹੜੇ ਆ ਅਸੀਂ ਸਾਰੇ ਫਰਾਈ ਕਰ ਲਏ ਆ ਹੁਣ ਅਸੀਂ ਇਹਨਾਂ ਨੂੰ ਖੱਟੇ ਵਾਲੇ ਪਾਣੀ ਵਿੱਚ ਪਾ ਕੇ ਖੱਟੇ ਵਾਲੇ ਲੱਡੂ ਜਿਹੜੇ ਉਹ ਤਿਆਰ ਕਰਾਂਗੇ ਦੇਖੋ ਕਿੰਨੇ ਵਧੀਆ ਬਾਹਰੋਂ ਗੋਲਡਨ ਕਲਰ ਕਿੰਨੇ ਕ੍ਰਿਸਪੀ ਅੰਦਰੋਂ ਦੇਖੋ ਕਿੰਨੇ ਸੌਫਟ ਰੂਈ ਵਰਗ ਸੌਫਟ ਬਣੇ ਆ ਜਦੋਂ ਇਸ ਨੂੰ ਅਸੀਂ ਖੱਟੇ ਵਾਲੇ ਪਾਣੀ 'ਚ ਪਾਵਾਂਗੇ ਤਾਂ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਸ ਰੈਸਪੀ ਜ਼ਰੂਰ ਟਰਾਈ ਕਰਨਾ ਹੁਣ ਅਸੀਂ ਇਸ ਨੂੰ ਜਿਹੜਾ ਵਾ ਖੱਟੇ ਵਾਲੇ ਪਾਣੀ ਵਿੱਚ ਪਾਵਾਂਗੇ ਲਓ ਜੀ ਹੁਣ ਸਾਡਾ ਖੱਟੇ ਵਾਲਾ ਜਿਹੜਾ ਪਾਣੀ ਸੀ ਲੱਡੂਆਂ ਦਾ ਉਹ ਵੀ ਤਿਆਰ ਆ ਅਸੀਂ ਇਹਦੇ ਵਿੱਚ ਜਿਹੜੀ ਆ ਚਮਚ ਦਾ ਚੌਥਾ ਹਿੱਸਾ ਜਿਹੜਾ ਰੈੱਡ ਚਿਲੀ ਪਾਵਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੀ ਉਹ ਮਿਰਚ ਪਾ ਸਕਦੇ ਜੀ ਸਾਡਾ ਪਾਣੀ ਬਿਲਕੁਲ ਤਿਆਰ ਆ ਹੁਣ ਅਸੀਂ ਜਿਹੜੇ ਇਹਦੇ ਵਿੱਚ ਲੱਡੂ ਜਿਹੜੇ ਪਾਣੀ ਵਿੱਚ ਪਾਵਾਂਗੇ ਦੇਖੋ ਕਿੰਨੇ ਕਰੰਚੀ ਜਿਹੜੇ ਲੱਡੂ ਸਾਡੇ ਬਣੇ ਆ ਜਦੋਂ ਅਸੀਂ ਇਹਨਾਂ ਨੂੰ ਪਾਣੀ ਵਿੱਚ ਪਾਵਾਂਗੇ ਡਿਪ ਕਰਾਂਗੇ ਤਾਂ ਦੇਖੋ ਕਿੰਨੇ ਸੌਫਟ ਹੋ ਜਾਂਦੇ ਆ ਜਿਹੜੇ ਬਣ ਕੇ ਬਿਲਕੁਲ ਰੈਡੀ ਨੇ ਹੁਣ ਇਸ ਅਸੀਂ 2 ਤੋਂ 3 ਮਿੰਟ ਦੇ ਗਿਆ ਇਹਨਾਂ ਨੂੰ ਡਿਪ ਕਰਕੇ ਰੱਖਾਂਗੇ ਵਿੱਚ ਫਿਰ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਲਓ ਜੀ ਸਾਡੇ ਲੱਡੂ ਬਿਲਕੁਲ ਖੱਟੇ ਵਾਲੇ ਤਿਆਰ ਨੇ ਹੁਣ ਇਸ ਨੂੰ ਅਸੀਂ ਪਲੇਟ 'ਚ ਪਾ ਕੇ ਸਰਵ ਕਰਾਂਗੇ ਬਹੁਤ ਹੀ ਟੇਸਟੀ ਚਟਪਟੇ ਜਿਹੜੇ ਲੱਡੂ ਸਾਡੇ ਬਣ ਕੇ ਤਿਆਰ ਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਅਤੇ ਕਮੈਂਟ ਬੋਕਸ ਵਿੱਚ ਦੱਸਣਾ ਕਿ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਏ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਨੂੰ ਜ਼ਰੂਰ ਟੱਚ ਕਰਨਾ ਤਾਂ ਕਿ ਜਿਹੜੀ ਸਾਡੀ ਨਵੀਂ ਵੀਡੀਓ ਆਵੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਫਿਰ ਨਵੀਂ ਵੀਡੀਓ ਦੇ ਲੈ ਕੇ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ